ਤੁਸੀਂ ਹਰਜੀਤ ਗਰੇਵਾਲ ਨੂੰ ਘੇਰਦੇ ਨਜ਼ਰ ਆਏ, ਕਾਫੀ ਸਵਾਲ ਤਿੱਖੇ ਕੀਤੇ ਗਏ। ਤੁਸੀਂ ਇਕੱਲੇ ਗਏ ਸੀ ਜਾਂ ਤੁਹਾਡੇ ਨਾਲ ਹੋਰ ਵੀ ਕਿਸਾਨ ਆਗੂ ਨਾਲ ਸੀ ਉਸ ਸਮੇਂ ਦੇ ਵਿੱਚ? ਸਾਡੇ ਇੱਕ ਵੀ ਸਵਾਲ ਦਾ ਜਵਾਬ ਨਹੀਂ ਦੇ ਕੇ ਇੱਕ ਇਹ ਕਹਿ ਗਏ ਵੀ ਸਾਡਾ ਤੁਸੀਂ ਵਿਰੋਧ ਕਰੋ। ਤਾਂ ਮੈਂ ਸੰਗਤ ਨੂੰ ਵੀ ਬੇਨਤੀ ਕਰੂੰਗਾ ਭਾਈ, ਹੁਣ ਜਦੋਂ ਵੀ BJP ਵਾਲੇ ਆਉਣ ਤੁਹਾਡੇ ਕੋਲ ਤਾਂ ਇਹਨਾਂ ਦਾ ਸਵਾਗਤ ਹਰਿਆਣੇ ਵਾਲੇ BJP ਕਹਿੰਦਾ ਉਹ ਹਰਿਆਣੇ ਤਾਂ ਹੋਰ ਸਰਕਾਰ ਹੈ। ਮੈਂ ਕਿਹਦੀ ਹੈ? ਕਹਿੰਦਾ BJP ਦੀ, ਉਹ ਹਰਿਆਣੇ ਦੀ ਵੱਖਰੀ ਹੈ। ਮੈਂ ਤਾਂ ਮਤਲਬ ਸਾਡੀਆਂ ਸਰਕਾਰਾਂ ਵੱਖਰੀਆਂ ਵੱਖਰੀਆਂ ਹੋ ਗਈਆਂ। ਸਾਡੇ 40-50 ਟਰੈਕਟਰ ਭੰਨ ਤੇ ਖਤਮ ਕਰਤੇ, ਗੋਲੀਆਂ ਮਾਰੀਆਂ ਗਈਆਂ ਟਾਇਰਾਂ ਦੇ ਵਿੱਚ। ਸਾਡਾ ਵੀਰ ਸ਼ੁਭਕਰਨ ਹੈ ਜਿਹੜੇ ਇੱਥੇ ਗੋਲੀ ਮਾਰੀ, ਨਿਸ਼ਾਨਾ ਬਣਾ ਕੇ ਹਰ ਇੱਕ ਚੀਜ਼ ਮੈਂ ਦੇਖੀ ਅੰਦੋਲਨ ਦੇ ਵਿੱਚ। ਦੂਜੇ ਪਾਸੇ ਤੁਹਾਨੂੰ ਡਰ ਨਹੀਂ ਲੱਗਿਆ ਕਿ ਭਾਜਪਾ ਦਾ ਲੀਡਰ ਹੈ, ਸੈਂਟਰ ਦੀ ਸਰਕਾਰ ਹੈ, ਸੈਂਟਰ ਦੇ ਵਿੱਚ ਮੋਦੀ ਸਰਕਾਰ ਹੈ, ਅਮਿਤ ਸ਼ਾਹ ਨਹੀਂ, ਕਿ ਤੁਸੀਂ ਸਿੱਧਾ ਹੀ ਉਹਨਾਂ ਨੂੰ ਇੱਕ ਤਰ੍ਹਾਂ ਦੇ ਘੇਰਦੇ ਨਜ਼ਰ ਆਏ ਹੋ? ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ, ਇਸ ਨੂੰ ਲੈ ਕੇ ਵੱਖ ਵੱਖ ਸਿਆਸੀ ਪਾਰਟੀਆਂ ਆਪਣੇ ਚੋਣਾਂ ਦਾ ਪ੍ਰਚਾਰ ਕਰ ਰਹੀਆਂ ਨੇ, ਆਪਣੀ ਪਾਰਟੀ ਦਾ ਪ੍ਰਚਾਰ ਕਰ ਰਹੀਆਂ ਨੇ ਅਤੇ ਦਾਅਵੇ ਕਰ ਰਹੀਆਂ ਨੇ ਕਿ 13-13 ਸੀਟਾਂ ਅਸੀਂ ਜਿੱਤਾਂਗੇ। ਪਰ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਭਾਜਪਾ ਦਾ ਲਗਾਤਾਰ ਵਿਰੋਧ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਹੰਸਰਾਜ ਹੰਸ ਦਾ ਫਰੀਦਕੋਟ ਵਿੱਚ ਤਾਂ ਵਿਰੋਧ ਹੋ ਰਿਹਾ। ਦੂਜੇ ਪਾਸੇ ਬੀਤੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਜਿਹਦੇ ਵਿੱਚ ਇੱਕ ਕਿਸਾਨ ਆਗੂ ਹਰਜੀਤ ਗਰੇਵਾਲ ਨੂੰ ਘੇਰਦਾ ਨਜ਼ਰ ਆਇਆ। ਦੱਸਿਆ ਜਾ ਰਿਹਾ ਕਿ ਉਹ ਵੀਡੀਓ ਇੱਕ ਚੈਨਲ ਵੱਲੋਂ ਚਲਾਈ ਗਈ ਜੋ ਕਿ ਰੋਪੜ ਦੀ ਦੱਸੀ ਜਾ ਰਹੀ ਹੈ। ਰੋਪੜ ਦੇ ਵਿੱਚ ਉਹ ਕਿਸਾਨ ਆਗੂ ਕੌਣ ਹੈ, ਕਿਵੇਂ ਗੱਲਬਾਤ ਹੋਈ ਹਰਜੀਤ ਗਰੇਵਾਲ ਦੇ ਨਾਲ, ਉਹ ਸਾਡੇ ਨਾਲ, ਉਹ ਕਿਸਾਨ ਆਗੂ ਸਾਡੇ ਨਾਲ ਨੇ, ਗੱਲਬਾਤ ਕਰਾਂਗੇ। ਕੁਲਵਿੰਦਰ ਸਿੰਘ ਪੰਜੋਲਾ ਨੇ ਜੋ ਸ਼ੇਰੇ ਪੰਜਾਬ ਜਥੇਬੰਦੀ ਦੇ ਸੀਨੀਅਰ ਆਗੂ ਨੇ, ਗੱਲਬਾਤ ਕਰਾਂਗੇ। ਕੁਲਵਿੰਦਰ ਜੀ, ਜਿਸ ਤਰੀਕੇ ਨਾਲ ਵੀਡੀਓ ਵਾਇਰਲ ਹੋਈ ਇੱਕ ਚੈਨਲ ਦੇ ਉੱਤੇ, ਤੁਸੀਂ ਹਰਜੀਤ ਗਰੇਵਾਲ ਨੂੰ ਘੇਰਦੇ ਨਜ਼ਰ ਆਏ, ਕਾਫੀ ਸਵਾਲ ਤਿੱਖੇ ਕੀਤੇ ਗਏ, ਤੁਸੀਂ ਇਕੱਲੇ ਗਏ ਸੀ ਜਾਂ ਤੁਹਾਡੇ ਨਾਲ ਹੋਰ ਵੀ ਕਿਸਾਨ ਆਗੂ ਨਾਲ ਸੀ ਉਸ ਸਮੇਂ ਦੇ ਵਿੱਚ? ਅਤੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਧੰਨਵਾਦ ਹਰਜੀਤ ਸਿੰਘ ਜੀ, ਹੱਕ ਸੱਚ ਦੀਆਂ ਲੋਕਾਂ ਵਾਸਤੇ ਖਬਰਾਂ ਦਿਖਾਉਣ ਵਾਸਤੇ। ਦੇਖੋ ਗੱਲ ਇਸ ਤਰ੍ਹਾਂ ਜੀ, ਮੈਂ ਉੱਥੋਂ ਨੂੰ ਲੰਘਿਆ ਜਾਂਦਾ ਸੀ, ਮੈਂ ਛੰਭੂ ਬਾਰਡਰ ਤੋਂ ਆਇਆ ਸੀ ਅਤੇ ਜਦੋਂ ਮੈਂ ਉੱਥੋਂ ਲੰਘਿਆ ਤਾਂ ਮੇਰੀ ਨਿਗਾਹ ਹਰਜੀਤ ਗਰੇਵਾਲ ਸਾਹਿਬ 'ਤੇ ਪਈ ਅਤੇ ਮੈਂ ਉੱਥੇ ਗੱਡੀ ਰੋਕ ਕੇ ਸਾਈਡ ਉਹਦੇ ਬਾਡੀਗਾਰਡ ਨੂੰ ਪੁੱਛਿਆ, ਮੈਂ ਗਰੇਵਾਲ ਸਾਹਿਬ, ਕਹਿੰਦੇ ਅੰਦਰ ਹੈ। ਅਤੇ ਮੈਂ ਆਪਣਾ ਜੋ ਸਾਡਾ ਕਿਸਾਨੀ ਦਾ ਝੰਡਾ ਹੁੰਦਾ ਜੀ ਮੋਢੇ 'ਤੇ ਰੱਖ ਕੇ ਮੈਂ ਉੱਥੇ ਖੜ੍ਹ ਗਿਆ ਅਤੇ ਗਰੇਵਾਲ ਸਾਹਿਬ ਆਏ ਅਤੇ ਮੈਂ ਉਹਨਾਂ ਨੂੰ ਕਿਹਾ ਮੈਂ 2-4 ਸਾਡੇ ਸਵਾਲ ਦਿਓ, ਕਿਉਂਕਿ ਤੁਸੀਂ ਜੋ ਪਿਛਲਾ ਅੰਦੋਲਨ ਚੱਲਦਾ ਸੀ ਉਹਦੇ ਵਿੱਚ ਕਿਸਾਨਾਂ ਨੂੰ ਪਤਾ ਨਹੀਂ ਕਿਹੜੇ ਕਿਹੜੇ ਇਲਜ਼ਾਮ ਨਹੀਂ ਲਾਏ, ਕਿਹੜੇ ਕਿਹੜੇ ਢੰਗ ਨਾਲ ਸਾਨੂੰ ਨਿੰਦਿਆ ਨਹੀਂ, ਅਤੇ ਮੈਂ ਵੀ ਸਾਨੂੰ ਅੱਜ 2-4 ਗੱਲਾਂ ਦੇ ਸਵਾਲ ਕਰੋ। ਸੋ ਇੱਕ ਆਪਣਾ ਥਲੀ ਵੀਰ ਪੱਤਰਕਾਰ ਹੈ, ਉਹ ਅੰਦਰ ਇੰਟਰਵਿਊ ਲੈ ਰਿਹਾ ਹੋਣਾ ਉਹਨਾਂ ਦੀ, ਅਤੇ ਉਹ ਵੀ ਨਾਲੇ ਆ ਗਿਆ। ਉੱਥੇ ਸਾਡੀ ਉਹ ਜੋ ਬਹਿਸਬਾਜ਼ੀ ਹੋਈ, ਜੋ ਸਵਾਲ ਸੀ ਸਾਡੇ, ਬਹਿਸਬਾਜ਼ੀ ਨਹੀਂ ਕਹਿ ਸਕਦੇ, ਜੋ ਸਵਾਲ ਸੀ ਅਸੀਂ ਕਰੇ, ਪਰ ਉਹ ਸਾਡੇ ਇੱਕ ਵੀ ਸਵਾਲ ਦਾ ਜਵਾਬ ਨਹੀਂ ਦੇ ਕੇ ਗਏ। ਅਤੇ ਇੱਕ ਇਹ ਕਹਿ ਗਏ ਵੀ ਸਾਡਾ ਤੁਸੀਂ ਵਿਰੋਧ ਕਰੋ। ਤਾਂ ਮੈਂ ਸੰਗਤ ਨੂੰ ਵੀ ਬੇਨਤੀ ਕਰੂੰਗਾ ਭਾਈ, ਹੁਣ ਜਦੋਂ ਵੀ BJP ਵਾਲੇ ਆਉਣ ਤੁਹਾਡੇ ਕੋਲ ਤਾਂ ਇਹਨਾਂ ਦਾ ਸਵਾਗਤ ਕਰੋ ਵਿਰੋਧ ਕਰਕੇ, ਕਿ ਹੋਰ ਤਾਂ ਸਾਡੇ ਕੋਲ ਹੈ ਨਹੀਂ। ਅਤੇ ਮੈਂ ਉਹਨਾਂ ਨੂੰ ਇੱਕ ਗੱਲ ਪੁੱਛੀ ਵੀ ਦੱਸੋ ਲਖੀਮ ਭਖੀਰੀ ਸਾਡੇ 4 ਕਿਸਾਨ ਵੀਰ ਸ਼ਰੇਆਮ ਗੱਡੀ ਚੜਾ ਕੇ ਮਾਰਤੇ, ਇੱਕ ਪੱਤਰਕਾਰ ਵੀਰ, ਹੁਣ ਤੁਸੀਂ ਦੱਸੋ ਜੇ ਤੁਹਾਨੂੰ ਕੋਈ ਮਾਰ ਦੇਵੇ ਤੁਸੀਂ ਲੋਕਾਂ ਨੂੰ ਤੱਕ ਖਬਰਾਂ ਪਹੁੰਚਾਉਣੀਆਂ ਕਿ ਤੁਹਾਡੇ ਪਰ ਗੱਡੀ ਚੜਾ ਦੇਵੇ ਕੋਈ, ਕਿੰਨਾ ਦੁੱਖ ਲੱਗੂਗਾ? ਤੁਹਾਡੇ ਮਾਂ ਬਾਪ ਹੈ, ਤੁਹਾਡੇ ਬੱਚੇ ਹੈ, ਦੱਸੋ ਉਹਨਾਂ ਕਿਸਾਨ ਤਾਂ ਮਾਰ ਨਹੀਂ ਮੰਨਦੇ, ਇੱਕ ਪੱਤਰਕਾਰ ਵੀ ਨਹੀਂ ਬਖਸ਼ਿਆ, ਅਫਸੋਸ ਦੀ ਗੱਲ ਹੈ। ਅਤੇ ਮਾਂ ਤੁਸੀਂ ਉਹਨੂੰ ਫੇਰ ਟਿਕਟ ਦੇ ਦਿੱਤੀ, ਉੱਥੇ ਕੋਈ ਜਵਾਬ ਨਹੀਂ। ਅਤੇ ਮਾਂ ਵੀ ਇੱਕ ਦੱਸ, ਤੁਹਾਡੇ ਹਰਿਆਣੇ ਵਾਲੇ BJP ਕਹਿੰਦਾ ਉਹ ਹਰਿਆਣੇ ਤਾਂ ਹੋਰ ਸਰਕਾਰ ਹੈ, ਮੈਂ ਕਿਹਦੀ ਹੈ? ਕਹਿੰਦਾ BJP ਦੀ, ਉਹ ਹਰਿਆਣੇ ਦੀ ਵੱਖਰੀ ਹੈ। ਮੈਂ ਤਾਂ ਮਤਲਬ ਵੀ ਸਾਡੀਆਂ ਸਰਕਾਰਾਂ ਵੱਖਰੀਆਂ ਵੱਖਰੀਆਂ ਹੋ ਗਈਆਂ, ਪਾਰਟੀ ਵੱਖਰੀ ਵੱਖਰੀ ਹੋ ਗਈ, ਇਹਦਾ ਮਤਲਬ ਤਾਂ ਇਹੀ ਹੋਇਆ ਨਾ ਜੀ। ਅੱਜ ਕੱਲ੍ਹ ਭਾਈ ਤੁਸੀਂ ਉਹਨਾਂ ਨਾਲ ਗੱਲ ਕਰੋ, ਸਾਡੇ 40-50 ਟਰੈਕਟਰ ਭੰਨ ਤੇ ਖਤਮ ਕਰਤੇ, ਗੋਲੀਆਂ ਮਾਰੀਆਂ ਗਈਆਂ ਟਾਇਰਾਂ ਦੇ ਵਿੱਚ। ਸਾਡਾ ਵੀਰ ਸ਼ੁਭਕਰਨ ਹੈ ਜਿਹਦੇ ਇੱਥੇ ਗੋਲੀ ਮਾਰੀ, ਨਿਸ਼ਾਨਾ ਬਣਾ ਕੇ ਹਰ ਇੱਕ ਚੀਜ਼ ਮੈਂ ਦੇਖੀ ਅੰਦੋਲਨ ਦੇ ਵਿੱਚ, ਖਾਸ ਕਰ ਪਿਛਲੇ ਅੰਦੋਲਨ 'ਚ ਵੀ। ਮੈਂ ਤਕਰੀਬਨ ਦਿੱਲੀ ਰਿਹਾ ਜੀ ਜ਼ਿਆਦਾ, ਅਤੇ ਇੱਕ ਜ਼ਿੰਮੇਵਾਰੀ ਦੇ ਅਹੁਦੇ 'ਤੇ ਵੀ ਰਿਹਾ ਮੈਂ ਉੱਥੇ, ਅਤੇ ਉੱਥੇ ਵੀ ਸਾਡਾ ਮੁੰਡਾ ਡਿਵਡੇਵਾ ਸਾਹਿਬ, ਉਹਦੇ ਵੀ ਐਨ ਮਿਥ ਕੇ ਗੋਲੀ ਮਾਰੀ ਗਈ। ਔਰ ਦੇਖਦੇ ਹਾਂ ਵੀ ਕਿਹੜਾ ਨੌਜਵਾਨ ਹੈ, ਔਰ ਨੌਜਵਾਨ ਨੂੰ ਟਾਰਗੇਟ ਕਰਦੇ, ਕਿਉਂਕਿ ਨੌਜਵਾਨ ਪ੍ਰਿਤਪਾਲ ਉੱਥੇ ਬਜ਼ੁਰਗ ਵੀ ਸੀ,
ਉੱਥੇ ਅੱਧਖੜ ਸਾਡੇ ਵਰਗੇ ਵੀ ਸੀ, ਪਰ ਉਹ ਨੌਜਵਾਨ ਚੱਕਿਆ 26-27 ਸਾਲ ਦਾ, ਕਿਉਂਕਿ ਇਹ ਉਹਨਾਂ ਪਰ ਐਡਾ ਜ਼ੁਲਮ ਕਰਕੇ ਵੀ ਸਾਡੇ ਜਿਹੜੇ ਨੌਜਵਾਨ ਆ ਉਹ ਪਿੱਛੇ ਨੂੰ ਮੁੜ ਜਾਣ, ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਪੰਜਾਬ ਦੇ ਨੌਜਵਾਨ ਹੈ। ਠੀਕ ਹੈ, ਸਾਨੂੰ ਨਿੰਦਿਆ ਜਾਂਦਾ ਵੀ ਇਹ ਨਸ਼ੇੜੀ ਬਣ ਗਏ ਜੀ, ਸਾਨੂੰ ਨਿੰਦਿਆ ਜਾਂਦਾ ਵੀ ਇਹ ਬਾਹਰ ਨੂੰ ਚਲੇ ਗਏ, ਪੰਡਦੇ ਆ ਨਾ ਜੀ ਇਹ, ਪਰ ਨਹੀਂ, ਜਦੋਂ ਹੱਕ ਸੱਚ ਦੀ ਲੜਾਈ ਆਊਗੀ ਤੁਹਾਡੇ ਵਰਗੇ ਨੌਜਵਾਨ ਸਭ ਤੋਂ ਅੱਗੇ ਖੜਨਗੇ। ਪਰ ਦੂਜੇ ਪਾਸੇ ਤੁਹਾਨੂੰ ਡਰ ਨਹੀਂ ਲੱਗਿਆ ਕਿ ਭਾਜਪਾ ਦਾ ਲੀਡਰ ਹੈ, ਸੈਂਟਰ ਦੀ ਸਰਕਾਰ ਹੈ, ਸੈਂਟਰ ਦੇ ਵਿੱਚ ਮੋਦੀ ਸਰਕਾਰ ਹੈ, ਅਮਿਤ ਸ਼ਾਹ ਨੇ, ਕਿ ਤੁਸੀਂ ਸਿੱਧਾ ਹੀ ਉਹਨਾਂ ਨੂੰ ਇੱਕ ਤਰ੍ਹਾਂ ਦੇ ਘੇਰਦੇ ਨਜ਼ਰ ਆਏ ਹੋ, ਤਿੱਖੇ ਸਵਾਲ ਕੀਤੇ, ਤੁਸੀਂ ਇਹੋ ਜਿਹੀਆਂ ਗੱਲਾਂ ਕਹੀਆਂ, ਲੋਕ ਕਹਿ ਰਹੇ ਨੇ ਕਿ ਇਹ ਭਾਸ਼ਾ ਨਹੀਂ ਹੈ ਕਿਸਾਨਾਂ ਦੀ। ਦੇਖੋ, ਜਿਹਦੇ ਘਰ ਅੱਗ ਲੱਗੀ ਵੀ ਹੁੰਦੀ ਨਾ, ਉਹਨੂੰ ਫਿਰ ਸਾਹਮਣੇ ਇਹ ਨਹੀਂ ਪਤਾ ਹੁੰਦਾ ਵੀ ਮੈਂ ਬਾਲਟੀ ਚੱਕਣੀ ਹੈ ਕਿ ਬੜਾ ਭਾਂਡਾ ਚੱਕਣਾ। ਉਸ ਟਾਈਮ ਉਹ ਜੋਸ਼ ਦੇ ਵਿੱਚ ਟਾਪਾ ਵੀ ਸਿਰ 'ਤੇ ਚੱਕ ਲੈ ਜੂਗਾ ਨਾ, ਕਿਉਂਕਿ ਉਹਨੂੰ ਆਪਣੇ ਘਰ ਅੱਗ ਲੱਗੀ ਵੀ ਦਿਖਦੀ ਹੁੰਦੀ ਹੈ। ਸੋ ਮੇਰੇ ਮਨ ਦੇ ਵਿੱਚ ਕੋਈ ਮੇਰੀ ਗਰੇਵਾਲ ਕਹਾਵ ਕੋਈ ਦੁਸ਼ਮਣੀ ਨਹੀਂ ਹੈਗੀ, ਪਰ ਉਹ ਜਿਸ ਪਾਰਟੀ ਨਾਲ ਜੁੜਿਆ ਵਾ ਉਸ ਨਾਲ ਮੇਰੀ ਦੁਸ਼ਮਣੀ ਹੈ। ਉਹ ਕਿਉਂ? ਕਿਉਂਕਿ 750 ਕਿਸਾਨ ਸਾਡੇ ਦਿੱਲੀ ਸ਼ਹੀਦ ਹੋਏ, 13 ਮਹੀਨੇ ਸਾਡੇ ਬਜ਼ੁਰਗ, ਸਾਡੀਆਂ ਮਾਵਾਂ, ਸਾਡੀਆਂ ਭੈਣਾਂ, ਸਾਡੇ ਨੌਜਵਾਨ ਸੜਕਾਂ 'ਤੇ ਰੁਲੇ। ਇੱਕ ਐਕੜਾ ਤਾਂ ਕੋਈ ਕੁੱਤੇ ਨਾਲ ਵੀ ਨਹੀਂ ਕਰਦਾ ਹੋਊਗਾ ਯਾਰ, ਜਿਵੇਂ ਸਾਡੇ ਨਾਲ ਹੋਈ ਦਿੱਲੀ। ਫਿਰ ਸਾਡੇ 'ਤੇ BJP ਦੇ ਗੁੰਡਿਆਂ ਨੇ ਆ ਕੇ ਪਰਲੇ ਪਾਸੇ ਦੇ ਸਟੇਜ 'ਤੇ ਹਮਲਾ ਕਰਿਆ, ਕਿ ਇਹਨਾਂ ਦਾ ਫਰਜ਼ ਨਹੀਂ ਬਣਦਾ ਯਾਰ। 13 ਮਹੀਨੇ ਬਾਅਦ ਇੱਕ ਮੋਦੀ ਆ ਕੇ ਭਾਸ਼ਣ ਦੇ ਦਿੰਦਾ ਜੀ ਤੁਹਾਡੇ ਕਾਨੂੰਨ ਰੱਦ। ਫਿਰ ਉਹ 2 ਸਾਲ ਸਾਨੂੰ ਘਰ ਆਏ ਹੋਏ ਅਤੇ ਅਸੀਂ ਉੱਥੇ ਪਿੱਟੇ, ਮੈਂ ਇਹ ਪਹਿਲਾਂ ਵੀ ਕਿਹਾ, ਅਸੀਂ ਪਿੱਟੇ ਵੀ ਭਾਈ ਘਰ ਨੂੰ ਤੁਰਨ 'ਤੇ ਮੋਦੀ ਪਰ ਸਾਨੂੰ ਯਕੀਨ ਨਹੀਂ ਹੈਗਾ, ਇਹ ਜੁਮਲੇਬਾਜ਼ ਹੈ। ਕਿਉਂਕਿ ਜੁਮਲੇਬਾਜ਼ ਕਿਉਂ ਕਿਹਾ, 15 ਲੱਖ ਤੋਂ ਗੱਲ ਚੱਲੀ ਤੀ ਨਾ, 5 ਕਿਲੋ ਰਾਸ਼ਨ ਭਰਾ ਕੇ ਮੁੱਕ ਗਈ, ਅੱਜ 5 ਕਿਲੋ ਰਾਸ਼ਨ ਦੇਵਾਂਗੇ 400 ਤੋਂ ਪਾਰ। ਉਦੋਂ ਕਿਆ ਗੱਲ ਹੋਈ ਸੀ 2014 'ਚ, 15-15 ਲੱਖ ਖਾਤੇ 'ਚ ਆ ਗਏ, ਬਿਆਨ ਹੈ ਨਾ, ਔਨ ਰਿਕਾਰਡ ਹੈ, ਤੁਸੀਂ ਮੀਡੀਆ ਵਾਲੇ ਹੋ। ਉਸ ਤੋਂ ਬਾਅਦ ਅੱਜ 5 ਕਿਲੋ ਆਟਾ ਯਾਰ, ਅਸੀਂ ਭਖਾਰੀ। ਨੇ ਇੱਕ ਬਿਆਨ ਦਿੱਤਾ ਸੀ ਜਦ ਤੁਹਾਡੀ ਆਪਸ ਦੇ ਵਿੱਚ ਤੂੰ ਮੈਂ ਹੋ ਰਹੀ ਸੀ, ਕਿ ਤੁਸੀਂ ਕਹਿ ਰਹੇ ਹੋ ਕਿ ਹਰਿਆਣੇ ਦੇ ਵਿੱਚ BJP ਸਰਕਾਰ ਹੈ, ਤੁਹਾਡੇ ਬੰਦਿਆਂ ਨੇ ਆਣ ਕੇ ਗੋਲੀਆਂ ਮਾਰੀਆਂ। ਗਰੇਵਾਲ ਕਹਿ ਰਿਹਾ ਕਿ ਭਾਜਪਾ ਦੇ ਬੰਦੇ ਦੱਸੋ ਕਿੱਥੇ ਸੀ ਉੱਥੇ, ਉੱਥੇ ਤਾਂ ਲਾਅ ਐਂਡ ਆਰਡਰ ਦੀ ਸਥਿਤੀ ਪ੍ਰਸ਼ਾਸਨ ਠੀਕ ਕਰ ਰਿਹਾ ਸੀ। ਉੱਥੇ BJP RSS ਦੇ ਗੁੰਡੇ ਕਿਹਾ ਸੀ ਮੈਂ, ਉਹ ਸਿਵਲ ਵਰਦੀਆਂ 'ਚ ਸੀ, ਇੱਕ ਅਸੀਂ ਫੜ ਕੇ ਪੁਲਿਸ ਨੂੰ ਫੜਾਇਆ। ਤੁਸੀਂ ਕਿਵੇਂ ਦਾਅਵਾ ਕਰ ਸਕਦੇ ਹੋ ਕਿ ਉਹ ਤੁਸੀਂ ਜਿਹੜੇ ਇਲਜ਼ਾਮ ਲਾ ਰਹੇ ਹੋ ਕਿ BJP ਦੇ ਬੰਦੇ ਸੀ? ਜਾਂ ਵਰਦੀ 'ਚ ਕੌਣ ਹੋਊਗਾ ਜੀ, ਜਿਹੜੇ ਪੁਲਿਸ ਵਾਲੇ ਹੁੰਦੇ ਆ ਉਹਨਾਂ ਦੇ ਇੱਥੇ ਨੰਬਰ ਪਲੇਟ ਲੱਗੀ ਹੁੰਦੀ, ਤੁਸੀਂ ਦੇਖਦੇ ਨਾ, ਉਹਨਾਂ ਦੇ ਕੋਈ ਨੰਬਰ ਪਲੇਟ ਨਹੀਂ ਸੀ। ਇੱਕ ਫੜਿਆ ਹੋਇਆ ਸੀ ਪੁਲਿਸ ਨੂੰ ਫੜਾਇਆ, ਪੰਜਾਬ ਪੁਲਿਸ ਨੂੰ, ਸਾਡੀ ਨਲਾਇਕ ਕੀ, ਸਾਨੂੰ ਇਸ ਗੁਲ ਗੱਲ ਦਾ ਗੁੱਸਾ ਏ